ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਭਗਵਾਨਪੁਰ, ਤਹਿਸੀਲ ਡੇਰਾ ਬਾਬਾ ਨਾਨਕ ਅਤੇ ਜ਼ਿਲ੍ਹਾ ਗੁਰਦਾਸਪੁਰ। ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਮੱਝਾਂ ਅਤੇ ਤਿੰਨ ਤੁਹਾਨੂੰ ਜਰਸੀ ਗਾਵਾਂ ਦਿਖਾਉਣੀਆਂ ਵਾ। ਜਿਹੜੇ ਵੀਰ ਸ਼ੌਕੀਨ ਆ ਚੰਗੀ ਜਰਸੀ ਗਾਵਾਂ ਰੱਖਣ ਦੇ, ਅੱਜ ਉਹਨਾਂ ਵੀਰਾਂ ਵਾਸਤੇ ਜਿਹੜੀਆਂ ਚੰਗੀਆਂ ਜਰਸੀਆਂ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਵਾ, ਚੰਗੇ ਉੱਚੇ ਕੱਦ ਕਾਠ ਵਾਲੀਆਂ ਜਿਹੜੀਆਂ ਦੇਖ ਸਕਦੇ ਜੀ, ਅਤੇ ਇੱਕ ਤਾਜ਼ੀ ਸੋਈ ਮੱਝ ਜਿਹੜੀ ਤੁਹਾਨੂੰ ਦਿਖਾਉਣੀ ਆ, ਅਤੇ ਉਹਦੇ ਮਗਰ ਕੱਟੀ ਬੜੀ ਕਮਾਲ ਦੀ ਆ, ਨੀਲੀ ਦੀ ਕੱਟੀ ਆ ਜਿਹੜੀ ਉਹਦੇ ਮਗਰ। ਅਤੇ ਗੱਲਬਾਤ ਹੁਣ ਆਪਾਂ ਕਮਲ ਵੀਰ ਨਾਲ ਕਰਦੇ ਹਾਂ ਅਤੇ ਪੁੱਛਦੇ ਹਾਂ ਸਾਰੀ ਡਿਟੇਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਨਮਸਕਾਰ ਜੀ, ਹੋਰ ਸੁਣਾਓ? ਠੀਕ ਠਾਕ ਜੀ। ਹਾਂਜੀ ਹਾਂਜੀ, ਕਿਰਪਾ ਬਾਬਾ ਦੀਪ ਸਿੰਘ ਦੀ। ਚਲੋ ਵਧੀਆ, ਕਿਰਪਾ ਚਾਹੀਦੀ ਜੀ। ਹਾਂਜੀ ਹਾਂਜੀ, ਅਤੇ ਅੱਜ ਗਾਵਾਂ ਬੜੀਆਂ ਤਗੜੀਆਂ ਤਗੜੀਆਂ ਲੈਂਦੀਆਂ। ਸੁੱਖ ਨਾਲ ਦੋ ਵੇਚੀਆਂ ਜੀ। ਅੱਛਾ। ਹਾਂਜੀ ਹਾਂਜੀ, ਠੀਕ ਹੈ। ਸੱਜਰੋਸ਼ੀ ਜਰਸੀ ਵੇਚੀ ਆ। ਅੱਛਾ। ਤੇ ਸਵੇਰੇ ਇੱਕ ਟੋਕਰੇ ਵੇਚੀ। ਠੀਕ ਹੈ। ਡੰਗਰ ਦੇ ਹੱਥ ਹੈ ਜੀ। ਠੀਕ ਹੈ। ਚਲੋ ਨਾਮ ਦੱਸ ਦੇ ਕਰੀ ਆਪਣਾ। ਨਾਮ ਕਮਲ ਜੀ। ਹਾਂਜੀ। ਪਿੰਡ ਭਗਵਾਨਪੁਰ, ਤਹਿਸੀਲ ਡੇਰਾ ਬਾਬਾ ਨਾਨਕ, ਜ਼ਿਲ੍ਹਾ ਗੁਰਦਾਸਪੁਰ ਜੀ। ਤੇ ਫੋਨ ਨੰਬਰ ਕੋਲ ਦੇਖ ਕਰੀ। 9915967484 ਇੱਥੇ ਵਟਸਐਪ ਚੱਲਦਾ ਜੀ। ਠੀਕ ਹੈ ਜੀ। ਤੇ ਸ਼ੁਰੂਆਤ ਪਹਿਲੇ ਨੰਬਰ ਵਾਲੀ ਝੋਟੀ ਤੋਂ ਹੀ ਆਪਾਂ ਕਰੀਏ ਫਿਰ। ਪਹਿਲੇ ਸਮੇਂ ਝੋਟੀ ਸੀ ਜੀ। ਹਾਂ ਦੇਖ ਸਕਦੇ ਜੀ, ਚੰਗੇ ਪਿੱਠ ਪੁੜੇ ਦੀ ਆ। ਹਾਂਜੀ ਹਾਂਜੀ। ਤੇ ਕੱਟੀ ਬੜੀ ਕਮਾਲ ਦੀ ਇਹਦੇ ਮਗਰ। ਬੜੀ ਸ਼ਾਨਦਾਰ ਆ, ਨਾਲ ਧਰਮ ਮੜ ਕੇ ਲਿਆਓ, ਫਿਰ ਲਿਆਓ ਕੱਟੀ ਵਿਖਾਈ ਦੀ ਇਹ ਨਾਲੇ। ਹਾਂ ਕੱਟੀ ਦੇਖ ਸਕਦੇ ਜੀ, ਪਿਓਰ ਨੀਲੀ ਦੀ ਕੱਟੀ ਜੀ। ਠੀਕ ਹੈ ਜੀ। ਹਾਂ ਦੇਖ ਸਕਦੇ ਜੀ, ਬੜੇ ਕਮਾਲ ਦੀ ਕੱਟੀ ਆ ਜਿਹੜੀ ਇਹਦੇ ਮਗਰ। ਕਿਸੇ ਵੀ ਇਹਨੇ ਟੀਕਾ ਜਿਹੜਾ ਚੰਗਾ ਭਰਾਇਆ ਵਾ। ਸੂਆ ਕਿਨਵਾ ਜੀ ਵੇਚੀ ਇਹਦਾ? ਪਹਿਲਾਂ ਹੀ ਸੂਆ ਸੂਈ ਆ। ਤੇ ਕਿੰਨਾ ਕੁ ਚਿਰ ਹੋ ਗਿਆ ਹੋਊਗਾ ਸੂਈ ਨੂੰ? ਉਧਰਲੇ ਥਾਂ ਹੱਥ ਲਾਈਏ ਤੇ ਉਹ ਵੱਡਾ ਹੋ ਜਾਂਦਾ, ਇੱਧਰ ਨੂੰ ਫੜੀਏ ਤੇ ਉਹ ਵੱਡਾ ਹੋ ਜਾਂਦਾ ਜੀ। ਹੈਗੀ ਜਿਹੜੀ ਠੰਡੀ ਧੀਰੀ ਆ, ਬਾਕੀ ਇਹ ਚੀਜ਼ ਦਾ ਜਿਹੜਾ ਵਾਧਾ ਹੁੰਦਾ ਵਾ। ਹਾਂਜੀ ਹਾਂਜੀ, ਠੀਕ ਆ ਜੀ। ਪਿਛਲੇ ਸਾਲਾਂ ਦਾ ਚਾਹ ਦਿਖਾਦਾ ਇੱਕ। ਹਾਂ ਦੇਖ ਸਕਦੇ ਆਹ ਜਿਹੜਾ ਪਿਛਲੇ ਸਾਲਾਂ ਦਾ ਚਵਾਹ ਵਾ, ਇੱਕ ਰੀਆ ਦੂਰ ਤੋਂ ਵੀ ਦੇਖ ਸਕਦੇ, ਠੰਡੀ ਧੀਰੀ ਆ ਜਿਹੜੀ। ਵਧੀਆ ਕਰੀ ਨੂੰ ਲਿਆ ਖੋਲੋ, ਫਿਰ ਆਹ ਦੇਖ ਸਕਦੇ ਜੀ, ਬਿਲਕੁਲ ਠੰਡਾ ਧੀਰਾ ਚਵਾ ਆਇਆ ਜਿਹੜਾ ਇਹਦਾ, ਸਾਫ਼ ਸੁਥਰਾ। ਅਤੇ ਉਤਰਾ ਵੀ ਸਾਂਭੀ ਸੁੰਭੀ ਚੰਗੀ ਆ, ਕਿਸੇ ਪਿੱਛੋਂ ਵੀ ਕਿਸੇ ਚੰਗੇ ਘਰੋਂ ਆਈ ਆ। ਅਤੇ ਟੀਕਾ ਵੀ ਜਿਹੜਾ ਬੜਾ ਚੰਗਾ ਹੈ ਜਿਹੜਾ ਉਹਨਾਂ ਨੇ ਭਰਾਇਆ। ਕੋਈ ਵੀਰ ਸਾਂਭ ਵਾਲਾ ਕੋਈ ਵੀਰ ਲੈ ਜਾਊਗਾ, ਅਤੇ ਕੱਟੀ ਵੀ ਜਿਹੜੀ ਜਲਦੀ ਤਿਆਰ ਹੋ ਜਾਊਗੀ। ਪਿੱਠ ਪੁੜੇ ਦੀ ਕਾਫ਼ੀ ਚੰਗੀ ਆ, ਅਤੇ ਕੰਪੈਕਟ ਜਿਹਾ ਹਵਾਨਾ ਵਾ ਜਿਹੜਾ ਇਹਦਾ। ਆ ਜਾਓ ਵੀਰ ਜੀ, ਲੈ ਆਓ ਜੀ। ਥੋੜ੍ਹਾ ਕੁ ਡਰਦੀ ਆ ਸਾਡੇ ਕੋਲੋਂ। ਅਤੇ ਕਿੰਨਾ ਵੀਰ ਜੀ ਮੌਕੇ 'ਤੇ ਦੁੱਧ ਇਹਦੇ ਕੋਲ ਤਿਆਰ ਜੇ? ਠੀਕ ਹੈ। ਦਸ ਲੀਟਰ ਚਵਾਈ ਜਾਊਗੀ। ਚਵਾਈ ਚੁਵਾਈ ਬਹੁਤ ਚੰਗੀ ਆ, ਠੰਡੀ ਬੜੀ ਆ ਝੋਟੀ। ਤੇ ਕੀ ਮੁੱਲ ਜੇ ਇਹਦਾ ਫਿਰ? ਜਾਇਜ ਬਿਲਕੁਲ ਕਰ ਦੋ ਮਾਨ ਤਾਨ ਲੈਣ ਦੇਣ ਵਾਲੇ। ਅੱਛਾ 65,000 ਦੀ? 2,000 ਦੀ। ਅੱਛਾ 63 ਦੀ? 62,000 ਹੋ ਗਈ। ਤੇ ਨਾਲ ਕੱਟੀ ਵੀ ਜਿਹੜੀ ਚੰਗੀ? ਠੀਕ ਹੈ।
तोर के करी तुम दिखा दी फिर जो मुल तुम दस दी हाँ देख सकते जी चंगा हवाना जरा तैयार कर थल्या पिठ पुड़े दी जी चंगी है देख सकते जी बाकी कोई वीर इतने आके पसंद करके खड़े दो मझा वर्गी कली है चंकी सामभी सूंभी है जी राजी रोजी पूरी है जेडे वीर शौकीन है चंकी भारी मझ रखन दे उन्होंने वीर वास्ते आ जी आवली कि जिन्होंने होंगे कि चंकी सामभी सूंभी मझ जी सा किले तो बजी हो मुल भीर जी फिर चलो हम गावा जखाइए जर्सिया गावा जान दिखाया पहला दिखा दी वीर जी पहला आही जर्सी तुम दिखा दी तीन जर्सी पंजाब वाली जर्सिया तीन तुम पंजाब वाली जर्सिया दिखाया वा तो थाना का साइज गैप देख सकते जी दसिए वीर जी फिर हवाना चंगा तैयार कर बाकी जर्सिया के हिसाब न कद काट चंगा है पंजाब वाली जर्सी है जी चंगी बेल बोलती है चंगे कद काटती है सामभी सूंभी भी चंगी बॉडी वेट चंगा ढिला ढुला हवाने जड़िया है हाले तो यदा कि मुल जी बीती फिर मुल तो भी चाली हजार की जर्सी जर्सी दुप्पड़ आ सांथन भी चंगा 14-15 किलो वाली जर्सी है हाँ जी हाँ जी तेल ही छा 37,000 दे देंगे अच्छा उस 36,000 चो मान तन कर देंगे 36,000 चो मान तन कर दोगे ठीक है जी अच्छी बहुत चंगी है छोटे हाथी च नहीं पैनी जी वड्डी गड्डी लियावे कोई छोटे हाथी च नहीं आनी जी बाकी तो जोड़ा इको जी आई है दोवे इंज लगता जिस तरह इको घरों आई होंगे दोवे अच्छा अच्छा तो सूआ पहला ही है हाँ देख सकते पहला ही सूआ वा तो हूं तो खाने देख सकते प्रोपर हाथ जो अजे तो हवाना भरूगी अजे तो पुड़े पुड़े कोई नहीं भला भला की वसी हैगी ने 20 लीटर दुध देना पहले ठीक है जी लिया खोलो हाँ फिर तोड़ दिए एक घरों ले जावे दी के फार्म च लेंदी जे नहीं ये दोवे इको थां आ जा अच्छा उधर जिथो ओ लई ही उधर ओदा एदा सबदा नहीं बनया ठीक है जी पैसे उधर वाले इको ही घरों जड़ियां दोवे आईयां जड़ियां तन्नू दिखाउणियां वा इको जे कादया ते इको जे रंग रूप आ सूआ जेड़ा एदा पहला ही आ ते थल्लेयों देख सकदे जी बड़े कमाल दी जर्सी आ जेड़ी आ वाली तन्नू दिखाउणी पूरे वड्डे कद काठ वाली आ छोटे हाथी च नहीं जड़ियां पैनियां देखो फेस क्वालिटी पूरियां ब्रीड वालिया वा जी बाकी हवाने तो भला भुला है वा जड़िया तो सूआ जरा यदा पहला ही है यदा की मुल जाए वीर जी फिर मुल वीर जी एदा करनू भावें
दूसरे नंबर तीसरे ਇਹ ਵੀ ਚਲੋ ਤੋੜ ਕੇ ਦਿਖਾ ਦਿਓ ਇਹ ਵੀ ਤੋੜ ਕੇ ਦਿਖਾ ਦਿਓ ਹਾਂਜੀ ਇਹ ਉਹਦਾ ਦਿਨ 15 ਲੈਂਦੀ ਹੈ ਇਹ 15 ਦਿਨ ਖੜਦੀ ਹੈ ਜਿਹੜੇ ਬਾਕੀ ਰਾਜੀ ਰੋਜੀ ਦੋਵੇਂ ਜਿਹੜੀਆਂ ਪੂਰੀਆਂ ਵਾ ਪੂਰੀਆਂ ਵੱਡੀਆਂ ਜੱਸੀਆਂ ਵਾ ਜਿਹੜੀਆਂ ਚੰਗੇ ਕੱਦ ਕਾਠ ਵਾਲੀਆਂ ਵਾ ਜਿਹੜੀਆਂ ਆ ਦੇਖ ਸਕਦੇ ਜੀ ਬਿਲਕੁਲ ਹੈਵੀ ਬੋਡੀ ਵੇਟ ਵਾਲੀਆਂ ਤੇ ਚੰਗੇ ਕੱਦ ਕਾਠ ਵਾਲੀਆਂ ਹੁੰਦੇ चेहरा यदा भी देख सकते जी चंगी तरह ला जाओ जी बाकी जिहड़े वीरां नूं पछाण है उन्होंने आपे जिहड़ा वा पछाण कर लैनी है ते थाना इहदे भी लागे दा देख सकते जी बाकी कोई वीर इत्थे आके पसंद करके खड़े अखी वेख के खड़े बैठा पसंद आऊगी एक करी ते ਇਹ ਕਿੰਨਾ ਕੁ ਦੁੱਧ ਚਾਹ ਜੂਗੀ ਵੀਰ ਜੀ ਦੁੱਧ ਵੀਰ ਜੀ ਇਹ ਵੀ 20 ਲੀਟਰ ਚਾਹ ਕਹਿਣ ਭਾਂ ਜਿੱਦੀ ਵਛੀ ਹੈ 30 ਕਹੀ ਆ 25 ਅੱਛਾ ਪਰ ਮੈਂ ਆਪਣੇ ਅੰਦਾਜ਼ਿਆਂ ਦੇ ਹਿਸਾਬ ਨਾਲ ਕਹਿੰਦਾ ਮਾੜੀ ਸੇਵਾ ਤੇ 20 ਲੀਟਰ ਚਾਹ ਦੁੱਧ ਠੀਕ ਹੈ ਜੀ ਤੇ ਇਹਦਾ ਕੀ ਮੁੱਲ ਜੇ ਫਿਰ ਉਹਦਾ ਵੀਰ ਜੀ ਮੁੱਲ 7000 ਆ ਅੱਛਾ ਇਹ ਵੀ ਉਹਦੇ ਬਰਾਬਰ ਹੀ 50000 ਦੀ 50000 ਦਾ ਜੋੜੇ ਚ ਹੋਰ ਕਰ ਦੋਗੇ ਮਨ ਹੋ ਜੀ ਛੋੜ ਚਾਰ ਜਿਹੜਾ ਕੋ ਜੋੜਾ ਖੜੂਗਾ ਮੌਕੇ ਤੋਂ ਜੋੜਾ ਕੋਈ ਮਨ ਠੀਕ ਹੈ ਜੀ ਠੀਕ ਹੈ ਵੀਰ ਜੀ ਹੋਰ ਕੁਝ ਕਹਿਣਾ ਫਿਰ तसल्ली करे वेच चाक के फिर ही अपना पशु खरीदे जी हां जी दोस्तों वीडियो पूरा देखने लई बहुत बहुत धन्यवाद।